ਲੁਧਿਆਣਾ ਵਿਊ ਦੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਜਨ ਚੇਤਨਾ ਵਿੱਚ। ਇਹ ਪ੍ਰੋਗਰਾਮ ਆਪ ਸਭ ਨੂੰ ਸਮਾਜਿਕ ਤੌਰ ਤੇ ਜਾਗਰੂਕ ਕਰਨ ਦਾ ਇੱਕ ਉਪਰਾਲਾ ਹੈ। ਇਸੇ ਲੜੀ ਤਹਿਤ ਅੱਜ ਅਸੀਂ ਤੁਹਾਨੂੰ ਰੂਬਰੂ ਕਰਾ ਰਹੇ ਹਾਂ ਪਲੇ ਰਾਈਟਰ, ਡਾਇਰੈਕਟਰ ਅਤੇ ਥੀਏਟਰ ਆਰਟਿਸਟ ਪ੍ਰਦੀਪ ਸ਼ਰਮਾ ਜੀ ਨਾਲ। ਪ੍ਰਦੀਪ ਸ਼ਰਮਾ ਜੀ, ਆਪ ਜੀ ਦਾ ਸਾਡੇ ਪ੍ਰੋਗਰਾਮ ਜਨ ਚੇਤਨਾ ਵਿੱਚ ਬਹੁਤ ਬਹੁਤ ਸਵਾਗਤ ਹੈ। ਨਮਸਕਾਰ ਜੀ ਸਾਰਿਆਂ ਨੂੰ। ਪ੍ਰਦੀਪ ਜੀ, ਤੁਸੀਂ ਗੌਰਮੈਂਟ ਜੌਬ ਤੋਂ ਹੀ ਪਲੇ ਡਾਇਰੈਕਟ ਕਰਨਾ ਸ਼ੁਰੂ ਕਰ ਦਿੱਤਾ ਜੋ ਅੱਜ ਵੀ ਨਿਰੰਤਰ ਜਾ ਰਹੀ ਹੈ, ਇਸ ਬਾਰੇ ਜ਼ਰਾ ਜਾਣਨਾ ਪਾਓ। ਮੈਮ, ਮੈਂ 78 ਦੇ ਵਿੱਚ ਗੌਰਮੈਂਟ ਜੌਬ ਜੁਆਇਨ ਕੀਤੀ ਔਰ ਮੇਰੀ ਅਕਸਰ ਜਿਹੜੀ ਡਿਊਟੀ ਹੁੰਦੀ ਸੀ ਫੀਲਡ ਜੌਬ ਹੁੰਦੀ ਸੀ, ਉੱਥੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਣਾ ਅਲੱਗ ਅਲੱਗ। ਉਦੋਂ ਖੁਦ ਵੀ ਨੌਜਵਾਨ ਸੀ ਅਤੇ ਮਨ ਦੇ ਵਿੱਚ ਇਹ ਆਉਣਾ ਕਿ ਕਿਸ ਢੰਗ ਦੇ ਨਾਲ ਇਹਨਾਂ ਦਾ ਜੀਵਨ 'ਚ ਕੁਛ ਨਾ ਕੁਛ ਮੈਸੇਜ ਦਿੱਤਾ ਜਾ ਸਕਦਾ ਹੈ, ਅੱਗੇ ਜੋ ਵੀ ਇਹਨਾਂ ਦੀਆਂ ਸਮੱਸਿਆਵਾਂ ਨੇ ਉਹਨਾਂ ਦੇ ਉੱਤੇ ਕਲਾ ਰਾਹੀਂ ਅਸੀਂ ਕਿਸ ਤਰ੍ਹਾਂ ਇਹਨਾਂ ਨੂੰ ਐਜੂਕੇਟ ਕਰ ਸਕਦੇ ਹਾਂ। ਅਤੇ ਮੈਂ ਸਭ ਤੋਂ ਪਹਿਲਾ ਪਲੇ ਪ੍ਰਸ਼ਨ ਚਿੰਨ੍ਹ ਲਿਖਿਆ ਜਿਹੜਾ ਕਿ ਨੈਸ਼ਨਲ ਇੰਟੈਗਰੇਸ਼ਨ ਕੋਮਨਲ ਹਾਰਮੋਨੀ 'ਤੇ ਸੀ ਔਰ ਉਸ ਤੋਂ ਬਾਅਦ ਉਸਦੇ ਬਹੁਤ ਸ਼ੋਅ ਹੋਏ। ਫਿਰ ਮੇਰਾ ਇਹ ਸਫ਼ਰ ਸ਼ੁਰੂਆਤ ਹੋ ਗਈ ਜਿਹੜਾ ਕਿ ਅੱਜ ਤੱਕ ਜਾਰੀ ਹੈ। ਮੈਂ ਬਹੁਤ ਸਾਰੇ ਤਕਰੀਬਨ 35 ਪਲੇ ਲਿਖ ਚੁੱਕਾ ਜਿਹੜੇ ਜਿਹਨਾਂ ਨੂੰ ਮੈਂ ਖੁਦ ਡਾਇਰੈਕਟ ਵੀ ਕੀਤਾ ਜੀ ਔਰ ਅਲੱਗ ਅਲੱਗ ਗਰੁੱਪਸ ਰਾਹੀਂ ਕੀਤਾ ਹੈ ਔਰ ਕਾਫੀ ਅੱਛਾ ਲੱਗ ਰਿਹਾ ਹੈ ਕਿ ਮੈਂ ਸੋਚਦਾ ਕਿ ਮੇਰੀ ਆਪਣੀ ਫੀਲਿੰਗ ਹੈ ਕਿ ਅਸੀਂ ਕਲਾ ਰਾਹੀਂ ਕਿਸੇ ਦੇ ਵੀ ਜੀਵਨ ਨੂੰ ਬਦਲ ਸਕਦੇ ਹਾਂ। ਇਹ ਐਸਾ ਹੈ। ਬਹੁਤ ਅੱਛੀ ਗੱਲ। ਪ੍ਰਦੀਪ ਜੀ, ਹੁਣ ਤੱਕ ਤੁਸੀਂ ਕਿੰਨੇ ਸ਼ੋਅ ਕਰ ਚੁੱਕੇ ਹੋ ਔਰ ਉਹਨਾਂ ਦੇ ਵਿਸ਼ੇ ਕੀ ਰਹੇ, ਉਹਨਾਂ ਦੇ ਮੈਸੇਜ ਕੀ ਰਹੇ? ਮੈਂ ਜੀ ਤਕਰੀਬਨ 37 ਸਾਲਾਂ ਦੇ ਵਿੱਚ ਅਗਰ ਮੈਂ ਕਾਊਂਟ ਤਾਂ ਨਹੀਂ ਕਰ ਸਕਦਾ ਕਿ ਮੈਂ ਕਿੰਨੇ ਪਲੇਅ ਕੀਤੇ ਔਰ ਕਿੰਨੇ ਸ਼ੋਅ ਕੀਤੇ, ਪਰ ਮੈਂ ਟੌਪਿਕਸ ਦੀ ਜ਼ਰੂਰ ਮੈਂ ਗੱਲ ਕਰਾਂਗਾ। ਪ੍ਰਸ਼ਨ ਚਿੰਨ੍ਹ ਪਲੇਅ ਕੀਤਾ ਨੈਸ਼ਨਲ ਇੰਟੈਗਰੇਸ਼ਨ ਕੋਮਨਲ ਹਾਰਮੋਨੀ 'ਤੇ। ਉਸ ਵੇਲੇ ਪੰਜਾਬ ਦੇ ਵਿੱਚ ਅੱਤਵਾਦ ਦਾ ਮਾਹੌਲ ਸੀ ਔਰ ਬੜੀ ਮਿਹਨਤ ਦੇ ਨਾਲ, ਬੜੇ ਡਰ ਦੇ ਨਾਲ ਉਹ ਅਸੀਂ ਸ਼ੋਅ ਕਰਦੇ ਰਹੇ। ਫਿਰ ਇਸਤਰੀਆਂ ਦੇ ਉੱਤੇ ਅੱਤਿਆਚਾਰ ਦੀ ਗੱਲ ਹੋਈ ਅਤੇ ਮੈਂ ਪਲੇ ਲਿਖਿਆ ਜਲ ਅਤੇ ਜ਼ਖਮ, ਉਸ 'ਤੇ ਵੀ 30-35 ਸ਼ੋਅ ਕੀਤੇ। ਭਗਤ ਸਿੰਘ ਦੀ ਜੀਵਨੀ 'ਤੇ ਆਧਾਰਿਤ ਮੈਂ ਪਲੇ ਕੀਤਾ ਜੀ ਛਿਪਣ ਤੋਂ ਪਹਿਲਾਂ, ਜਿਸ 'ਤੇ ਮੈਂ ਦੂਸਰੀਆਂ ਸਟੇਟਸ ਵਿੱਚ ਵੀ ਉਹ ਪਲੇ ਕੀਤੇ ਨੇ ਔਰ ਫਿਰ ਪਾਣੀ ਦੇ ਮੁੱਦੇ ਦੇ ਉੱਤੇ। ਸਾਡਾ ਜਿਹੜਾ ਲੁਧਿਆਣਾ ਹੈ ਵਾਟਰ ਪੋਲਿਊਸ਼ਨ ਨਾਲ ਲਗਾਤਾਰ ਜੂਝ ਰਿਹਾ ਹੈ, ਚਾਹੇ ਬੁੱਢੇ ਦਰਿਆ ਦੀ ਸਮੱਸਿਆ ਹੋਵੇ, ਚਾਹੇ ਅਸੀਂ ਨੈਸ਼ਨਲ ਲੈਵਲ 'ਤੇ ਗੰਗਾ ਦੀ ਸਮੱਸਿਆ ਦੀ ਗੱਲ ਕਰੀਏ। ਅਤੇ ਮੈਂ ਇੱਕ ਪਲੇਅ ਲਿਖਿਆ ਮੈਂ ਨਦੀ ਆਸੂ ਭਰੀ ਔਰ ਉਸ 'ਤੇ ਮੈਂ ਤਕਰੀਬਨ ਅੱਜ ਤੱਕ ਮੈਂ 125 ਸ਼ੋਅ ਕਰ ਚੁੱਕਾ ਜੀ ਔਰ ਜਿਸ ਦੇ ਲਈ ਮੈਨੂੰ ਤਕਰੀਬਨ ਮੈਂ 20-25 ਗਰੁੱਪਸ ਤੋਂ ਪਲੇਅ ਕਰਾਇਆ। ਪਲੇ ਉਹੀ ਰਿਹਾ ਲੇਕਿਨ ਗਰੁੱਪ ਬਦਲਦੇ ਗਏ। ਲੇਕਿਨ ਮੇਰੀ ਉਹਨੂੰ ਮੈਂ ਸਟਰੀਟ ਪਲੇ ਫੋਰਮ 'ਚ ਵੀ ਕੀਤਾ, ਨੁੱਕੜ ਨਾਟਕ ਫੋਰਮ 'ਚ ਵੀ ਬਹੁਤ ਵਾਰ ਕੀਤਾ ਔਰ ਉਸ 'ਤੇ ਮੈਂ ਬਹੁਤ ਸ਼ੋਅ ਕੀਤੇ ਨੇ ਔਰ ਮੇਰਾ ਉਹ ਸਮਝਦਾ ਕਿ ਇੱਕ ਪਾਣੀ ਦੇ ਪ੍ਰਦੂਸ਼ਣ ਦੇ ਉੱਤੇ ਜੰਗ ਦੀ ਗੱਲ ਹੈ ਕਿ ਇੱਕ ਜੰਗ ਸ਼ੁਰੂ ਕੀਤੀ ਹੋਈ ਹੈ ਕਿ ਇਹ ਉਦੋਂ ਤੱਕ ਜਾਰੀ ਰਹੇਗੀ ਜਦ ਤੱਕ ਪਾਣੀ ਨੂੰ ਸਾਫ਼ ਕਰਨ ਦੇ ਵਿੱਚ ਮੈਂ ਕੁਛ ਨਾ ਕੁਛ ਯੋਗਦਾਨ ਨਹੀਂ ਪਾ ਲੈਂਦਾ। ਬਹੁਤ ਵਧੀਆ, ਜ਼ਰੂਰ ਹੋਏਗਾ ਕਿਉਂਕਿ ਕਲਾ ਰਾਹੀਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਜਿੱਥੇ ਦਰਸਾਉਂਦੇ ਹਾਂ ਉੱਥੇ ਹੀ ਉਹਦਾ ਸਮਾਜ 'ਤੇ ਵੀ ਬੜਾ ਅਸਰ ਹੁੰਦਾ ਹੈ।
ਸੰਦੀਪ ਜੀ, ਇਹਨਾਂ ਨਾਟਕਾਂ ਰਾਹੀਂ ਤੁਸੀਂ ਯੁਵਾ ਸ਼ਕਤੀ ਨੂੰ ਕਿਵੇਂ ਅੱਗੇ ਲਿਆਉਣ ਦਾ ਕੰਮ ਕੀਤਾ ਹੈ ਔਰ ਹੁਣ ਵੀ ਕੀ ਕਰ ਰਹੇ ਹੋ? ਯੁਵਾ ਦੀ ਗੱਲ ਕੀਤੀ ਤੁਸੀਂ ਅੱਜ ਕੱਲ੍ਹ ਨੌਜਵਾਨਾਂ ਦੀ, ਜਿਹੜੇ ਕਿ ਖੁਦ ਅੱਜ ਵਿਚਾਰੇ ਕਿਸੇ ਨਾ ਕਿਸੇ ਦੁਵਿਧਾ ਦਾ ਸ਼ਿਕਾਰ ਨੇ, ਚਾਹੇ ਉਹ ਸਾਡੇ ਇਲੈਕਟ੍ਰੋਨਿਕ ਮੀਡੀਆ ਦੇ ਦੁਸ਼ਪ੍ਰਭਾਵ ਹੋਣ, ਲਗਾਤਾਰ ਇਹ ਪਤਾ ਨਹੀਂ ਕੋਈ ਸਾਜਿਸ਼ ਚੱਲ ਰਹੀ ਹੈ ਕਿ ਅਜੀਬ, ਜਿੱਥੇ ਸਾਨੂੰ ਚੰਗਾ ਚੀਜ਼ਾਂ ਵੀ ਦਿੰਦੇ ਨੇ ਇਹ ਸਾਡੇ ਜਿਹੜੇ ਇਲੈਕਟ੍ਰੋਨਿਕ ਮੀਡੀਆ ਦੇ ਸਾਡੇ ਜਿਹੜੇ ਯੰਤਰ ਨੇ ਮੋਬਾਈਲ, ਲੇਕਿਨ ਦੁਸ਼ਪ੍ਰਭਾਵ ਵੀ ਇਹਨਾਂ ਦੇ ਬਹੁਤ ਨੇ ਕਿ ਨੌਜਵਾਨਾਂ 'ਚ ਚਿੜਚਿੜਾਪਨ ਆ ਰਿਹਾ, ਨੌਜਵਾਨ ਇਕੱਲਾ ਰਹਿਣਾ ਪਸੰਦ ਕਰਦੇ ਨੇ ਔਰ ਇਹੋ ਜਿਹੇ ਹਾਲਾਤ ਹੋ ਗਏ ਨੇ ਕਿ ਅਗਰ ਕਿਤੇ ਐਕਸੀਡੈਂਟ ਹੋਇਆ ਹੋਵੇ ਤੇ ਉਹ ਜਿਹੜਾ ਐਕਸੀਡੈਂਟ ਦਾ ਸ਼ਿਕਾਰ ਹੈ ਉਸਦੇ ਮੂੰਹ 'ਚ ਪਾਣੀ ਨਹੀਂ ਪਾਣਗੇ ਬਲਕਿ ਆਪਣੇ ਮੋਬਾਈਲ ਨਾਲ ਉਹਦੀ ਮੂਵੀ ਬਣਾਉਣੀ ਸ਼ੁਰੂ ਕਰ ਦੇਣਗੇ। ਬਹੁਤ ਦੁੱਖ ਹੁੰਦਾ ਇਹ ਗੱਲ ਦੇਖ ਕੇ ਕਿ ਇਹ ਸਾਡਾ ਨੌਜਵਾਨ ਹੁਣ ਕਿਹੜੇ ਪਾਸੇ ਨੂੰ ਤੁਰ ਪਿਆ। ਹਾਂਜੀ, ਔਰ ਜੇ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਕਿ ਇਸ ਦੇ ਵਿੱਚ ਕਿਸ ਤਰ੍ਹਾਂ ਕਲਾ ਰਾਹੀਂ ਕੀ ਇਹਦੇ 'ਚ ਸੁਧਾਰ ਲਿਆਂਦਾ ਜਾ ਸਕਦਾ, ਤੇ ਮੇਰੀ ਇਹ ਸੋਚ ਹੈ ਕਿ ਪਟਕੇ ਹੋਏ ਨੌਜਵਾਨਾਂ ਨੂੰ ਜੇ ਅਸੀਂ ਨਾ ਅਸੀਂ ਇਹਨਾਂ ਨੂੰ ਸੇਧ ਦਿੱਤੀ ਤੇ ਇਹ ਬਹੁਤ, ਜਿਸ ਤਰ੍ਹਾਂ ਹੁਣ ਤੁਸੀਂ ਦੇਖ ਰਹੇ ਹੋ ਕਿ ਨਸ਼ਿਆਂ ਦੇ ਆਦੀ ਹੋ ਗਏ, ਚੋਰੀਆਂ ਦੇ ਆਦੀ ਹੋ ਗਏ, ਹੁਣ ਇਹ ਔਰਤਾਂ ਦੇ ਉੱਤੇ ਵੀ ਅਤਿਆਚਾਰ, ਛੋਟੀਆਂ ਛੋਟੀਆਂ ਬੱਚੀਆਂ ਦੇ ਉੱਤੇ ਅਤਿਆਚਾਰ, ਐਸਾ ਸਭ ਕੁਛ ਹੋਣ ਲੱਗ ਪਿਆ ਜੀ। ਇਸ ਦੇ ਲਈ ਕੀ ਕਰਨਾ ਚਾਹੀਦਾ ਹੈ? ਕਲਾ ਰਾਹੀਂ ਕਿਸ ਤਰ੍ਹਾਂ ਉਹਨਾਂ ਨੂੰ ਆਪਣੇ ਵੱਲ ਖਿੱਚ ਸਕਦੇ ਹਾਂ ਆਪਾਂ, ਇਸ ਬਾਰੇ ਕੋਈ ਰੋਸ਼ਨੀ ਪਾਓ। ਬ੍ਰੈਕਟਿਕ ਬਹੁਤ ਹੀ ਅੱਛੇ ਲੇਖਕ ਹੋਏ ਨੇ, ਦਾਰਸ਼ਨਿਕ ਹੋਏ ਨੇ, ਉਹਨਾਂ ਨੇ ਲਿਖਿਆ ਸੀ ਦ ਥੀਏਟਰ ਵਿਚ ਹੈਜ਼ ਨੋ ਕੰਟੈਕਟ ਵਿਦ ਦ ਪੀਪਲ ਇਜ਼ ਪਿਓਰਲੀ ਨੋਨ ਸੈਂਸ। ਯਾਨੀ ਕਿ ਕੋਈ ਨਾਟਕ ਜਿਸ ਦਾ ਆਮ ਲੋਕਾਂ ਦੇ ਨਾਲ ਸਿੱਧਾ ਸੰਬੰਧ ਨਹੀਂ, ਉਹਨਾਂ ਦੀ ਸਮੱਸਿਆਵਾਂ ਨਾਲ ਸੰਬੰਧ ਨਹੀਂ, ਉਹ ਤਾਂ ਇੱਕ ਬਦਤਮੀਜ਼ੀ ਵਾਲੀ ਗੱਲ ਹੈ। ਸੋ ਕਲਾ ਬਹੁਤ ਵੱਡਾ ਯੋਗਦਾਨ ਪਾ ਸਕਦੀ। ਅਸੀਂ ਭਟਕੇ ਹੋਏ ਨੌਜਵਾਨਾਂ ਨੂੰ ਸਿੱਧੀ ਰਾਹ ਦੇ ਸਕਦੇ ਹਾਂ ਔਰ ਲੋਕਾਂ ਦਾ, ਤੁਸੀਂ ਹੁਣ ਅੱਜ ਦੇ ਸੰਦਰਭ ਦੇ ਵਿੱਚ ਹੀ ਤੁਸੀਂ ਗੱਲ ਕਰ ਸਕਦੇ ਹੋ ਕਿ ਸਾਡੇ ਮੁਲਕ ਦੇ ਵਿੱਚ ਕੀ ਹੋ ਰਿਹਾ। ਜੇ ਐਂਡ ਕੇ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਬੇਰੁਜ਼ਗਾਰ ਨੇ, ਕਲਾ ਦੇ ਨਾਲ ਉਹਨਾਂ ਦਾ ਸੰਬੰਧ ਅਸੀਂ ਰਹਿਣ ਨਹੀਂ ਦਿੱਤਾ ਔਰ ਜਿਸ ਕਰਕੇ ਉਹ ਪੱਥਰਬਾਜ ਬਣ ਗਏ। ਠੀਕ ਹੈ ਜੀ। ਹੁਣ ਜੇ ਅਸੀਂ ਆਪਣੇ ਮੁਲਕ ਦੇ ਬੱਚਿਆਂ ਨੂੰ ਖੁਦ ਸੇਧ ਨਹੀਂ ਦੇਵਾਂਗੇ ਕਲਾ ਦੀ, ਕਲਾ ਰਾਹੀਂ, ਤੇ ਮੈਂ ਸਮਝਦਾ ਕਿ ਮੁਲਕ ਦਾ ਬਹੁਤ ਬੁਰਾ ਹਾਲ ਹੋਣ ਵਾਲਾ ਹੈ। ਮੈਂ ਇਹ ਕੋਈ ਪੈਨਿਕ ਨਹੀਂ ਕਰ ਰਿਹਾ, ਮੇਰਾ ਇੱਕ ਰਾਈਟਰ ਔਰ ਇੱਕ ਡਾਇਰੈਕਟਰ ਦੇ ਨਾਤੇ ਇੱਕ ਖੁਦ ਵੀ ਤਜਰਬਾ ਵੀ ਰਿਹਾ ਕਿ ਮੈਂ ਕੁਛ ਐਸੇ ਕਲਾਕਾਰਾਂ ਨਾਲ ਵੀ ਕੰਮ ਕਰ ਕੀਤਾ ਹੈ ਕਿ ਜਿਹੜੇ ਕਿ ਖੁਦ ਕਿਸੇ ਟਾਈਮ ਨਸ਼ਿਆਂ ਦੇ ਆਦੀ ਸੀ, ਉਹਨਾਂ ਨੂੰ ਮੈਂ ਖਿੱਚ ਕੇ ਲਿਆਂਦਾ ਸਮਾਜ ਤੋਂ, ਐਸੇ ਗੰਦੇ ਸਮਾਜ ਤੋਂ ਉਹਨਾਂ ਨੂੰ ਲਿਆ ਕੇ ਉਹਨਾਂ ਕੋਲੋਂ ਨਸ਼ਾ ਨੂੰ ਰੋਕਣ ਵਾਸਤੇ ਕੋਈ ਸਕ੍ਰਿਪਟਸ ਅਸੀਂ ਤਿਆਰ ਕੀਤੀਆਂ ਔਰ ਉਹਨਾਂ ਨੂੰ ਅਸੀਂ ਪਲੇਸ ਵਗੈਰਾ ਤਿਆਰ ਕਰਾਉਣੇ ਸ਼ੁਰੂ ਕੀਤੇ ਨੇ। ਨੁੱਕੜ ਨਾਟਕ
ਬਹੁਤ ਵੱਡਾ ਯੋਗਦਾਨ ਦੇ ਸਕਦਾ। ਨੁੱਕੜ ਨਾਟਕ ਇੱਕ ਐਸੀ ਵਿਧਾ ਹੈ ਸਾਡੇ ਨਾਟਕਾਂ ਦੀ ਕਿ ਜਿਹੜੀ ਕਿ ਬਹੁਤ ਘੱਟ ਸਮੇਂ ਦੇ ਵਿੱਚ ਬਹੁਤ ਜਲਦੀ ਤੋਂ ਜਲਦੀ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੱਕ ਪਹੁੰਚ ਰੱਖਦੀ ਹੈ। ਅਗਰ ਨੁੱਕੜ ਨਾਟਕ ਦੀਆਂ ਟੀਮਾਂ ਸਾਡੀਆਂ ਹੋਣ ਤੇ ਅਸੀਂ ਲੋਕਾਂ ਦੇ ਵਿੱਚ ਪ੍ਰੇਮ ਸਦਭਾਵ ਦੀ ਅਸੀਂ ਜਿਹੜੀ ਭਾਵਨਾ ਅਸੀਂ ਪੈਦਾ ਕਰ ਸਕਦੇ ਹਾਂ। ਬਿਲਕੁਲ ਠੀਕ ਹੈ, ਲੇਕਿਨ ਪ੍ਰਦੀਪ ਜੀ ਅੱਜ ਕੱਲ ਜਿਵੇਂ ਦੇਖਣ ਨੂੰ ਆ ਰਿਹਾ ਕਿ ਬੱਚੇ ਆਪਣੇ ਆਪ ਚੋਂ ਬਾਹਰ ਹੀ ਨਹੀਂ ਨਿਕਲਣਾ ਚਾਹੁੰਦੇ, ਨੁੱਕੜ ਨਾਟਕ ਜਗ੍ਹਾ ਜਗ੍ਹਾ ਤੇ ਕੀਤੇ ਜਾਂਦੇ ਨੇ, ਬੱਚੇ ਬਾਹਰ ਨਹੀਂ ਨਿਕਲਣਗੇ, ਕੁਛ ਦੇਖਣਗੇ ਨਹੀਂ ਤੇ ਉਹਨਾਂ ਨੂੰ ਉਸ ਬਾਰੇ ਅਵੇਅਰਨੈਸ ਨਹੀਂ ਹੋਏਗੀ, ਉਹਦੇ ਲਈ ਕੀ ਕਰਨਾ ਚਾਹੀਦਾ ਕਿ ਉਹ ਲੋਕ ਬੱਚੇ ਨੁੱਕੜ ਨਾਟਕ ਦੇਖਣ ਲਈ ਵੀ ਜਾਂ ਕਲਾ ਲਈ ਹੀ ਜਾਂ ਪਲੇਸ ਦੇਖਣ ਲਈ ਬਾਹਰ ਨਿਕਲਣ, ਕਿਉਂਕਿ ਉਹ ਤਾਂ ਆਪਣੇ ਘਰਾਂ 'ਚ ਬੈਠੇ ਨੇ, ਜੋ ਦੇਖ ਰਹੇ ਨੇ ਮੋਬਾਈਲ ਵਿੱਚ ਦੇਖ ਰਹੇ ਨੇ, ਜੋ ਕਹਿ ਰਹੇ ਨੇ ਉਹਦੇ ਵਿੱਚ ਹੀ ਕਹਿ ਰਹੇ ਨੇ, ਨਾ ਉਹਨਾਂ ਕੋਲ ਆਪਣੇ ਸ਼ਬਦ ਨੇ, ਨਾ ਆਪਣੀ ਸੋਚ ਹੈ, ਨਾ ਉਹਨਾਂ ਨੂੰ ਕੋਈ ਸਮਝ ਆ ਰਿਹਾ। ਇੱਕ ਬਹਾਵ ਨਾਲ ਜਿੱਥੇ ਜਾਈ ਜਾ ਰਹੇ ਉੱਥੇ ਹੀ ਜਾ ਰਹੇ ਨੇ ਸਭ। ਇਹਦੇ ਲਈ ਨੁੱਕੜ ਨਾਟਕ ਜਾਂ ਪਲੇਸ ਕੀ ਰੋਲ ਅਦਾ ਕਰ ਸਕਦੇ ਹਨ? ਦੇਖੋ ਜੀ, ਮੇਰੀ ਆਪਣੀ ਸੋਚ ਇਹ ਕਹਿੰਦੀ ਕਿ ਜਦ ਅਸੀਂ ਲੋਕਾਂ ਨੂੰ ਕੋਈ ਸਾਫ ਸੁਥਰਾ ਸੱਭਿਆਚਾਰ ਦੀ ਗੱਲ ਕਰਾਂਗੇ, ਸਾਂਝ ਦੀ ਗੱਲ ਕਰਾਂਗੇ, ਔਰ ਉਹਨਾਂ ਦੀ ਗੱਲ ਕਰਾਂਗੇ ਜਿਹੜੀ ਕਿ ਉਹਨਾਂ ਨੂੰ ਕੋਈ ਸਕ੍ਰਿਪਟ, ਉਹਨਾਂ ਦੀ ਗੱਲ ਉਹਨਾਂ ਨੂੰ ਲੱਗੇ ਕਿ ਮੇਰੀ ਗੱਲ ਹੋ ਰਹੀ ਹੈ ਤੇ ਉਹ ਜ਼ਰੂਰ ਜੁੜਨਗੇ। ਔਰ ਦਰਸ਼ਕਾਂ ਦੇ ਤੌਰ ਤੇ ਵੀ ਅਸੀਂ ਦਰਸ਼ਕਾਂ ਵਿੱਚ ਵੀ ਜਾਵਾਂਗੇ ਤੇ ਕਮ ਸੇ ਕਮ ਅਗਰ ਸਾਡੇ ਇੱਕ ਦਿਨ ਦੇ ਵਿੱਚ 10 ਦਰਸ਼ਕ ਵੀ ਅਗਰ ਸਾਡੇ ਨਾਟਕਾਂ ਨੂੰ ਦੇਖ ਕੇ ਜਿਹੜੀ ਕਿ ਨੈਸ਼ਨਲ ਇੰਟੈਗਰੇਸ਼ਨ ਤੇ ਹੋਣ, ਕਾਮਨਲ ਹਾਰਮੋਨੀ ਤੇ ਹੋਣ, ਔਰ ਜਨ ਚੇਤਨਾ, ਚਾਹੇ ਉਹ ਨਸ਼ਾ ਵਿਰੋਧੀ ਮੁਹਿੰਮ ਹੋਵੇ ਕਿ ਚਾਹੇ ਉਹ ਇਸਤਰੀਆਂ ਤੇ ਹੋ ਰਹੇ ਅਤਿਆਚਾਰ ਦੀ ਗੱਲ ਹੋਵੇ, ਤੇ ਮੈਂ ਸਮਝਦਾ ਜੀ ਕਿ ਇਹ ਉਹਨਾਂ ਨੂੰ ਉਸ ਤਰ੍ਹਾਂ ਦੇ ਵਿਸ਼ੇ ਦੇ ਲੈ ਕੇ ਸਾਨੂੰ ਸਮਾਜ ਵਿੱਚ ਜਾਣਾ ਪਏਗਾ ਤੇ ਲੋਕ ਜ਼ਰੂਰ ਅਟਰੈਕਟ ਹੋਣਗੇ ਔਰ ਅਸੀਂ ਇਸ ਢੰਗ ਦੇ ਨਾਲ ਅਸੀਂ ਬੜੀ ਅੱਛੀ ਸੇਧ ਦੇ ਸਕਦੇ। ਪ੍ਰਦੀਪ ਜੀ, ਅੱਜ ਜਿਵੇਂ ਇੰਨਾ ਦਹਿਸ਼ਤਗਰਦੀ ਦਾ ਮਾਹੌਲ ਹੈ, ਇੰਨੀ ਅਰਾਜਕਤਾ ਫੈਲੀ ਹੋਈ ਹੈ, ਇਸ ਮਾਹੌਲ ਨੂੰ ਘਟਾਉਣ ਲਈ ਪਲੇਜ਼ ਰਾਹੀਂ ਪ੍ਰੇਮ ਦੇ ਫੁਰਨੇ ਕਿਵੇਂ ਫੁਲਾਏ ਜਾ ਸਕਦੇ? ਬਿਲਕੁਲ ਜੀ, ਅੱਛੀਆਂ ਸਕ੍ਰਿਪਟਸ ਲਿਖੀਆਂ ਜਾਣ ਕਿ ਜਿਹੜੀਆਂ ਕਿ ਲੋਕਾਂ ਨੂੰ ਆਪਸ ਦੇ ਵਿੱਚ ਧਰਮ, ਭਾਸ਼ਾ, ਜਾਤੀ ਦੇ ਜਿਹੜਾ ਇਹ ਵੱਖਵਾਦ, ਇਹਦਾ ਫੰਡਾਮੈਂਟਲਿਜ਼ਮ ਹੈ, ਕੱਟੜਵਾਦ, ਇਸ ਤੋਂ ਇਸਦੇ ਬੁਖਾਰ ਨੂੰ ਹਟਾ ਕੇ ਪ੍ਰੇਮ ਸਦਭਾਵ ਦੀ ਗੱਲ ਕਰੇ, ਇਸ ਤਰ੍ਹਾਂ ਦੀਆਂ ਸਕ੍ਰਿਪਟਸ ਲੈ ਕੇ ਸਾਨੂੰ ਸਮਾਜ ਵਿੱਚ ਜਾਣਾ ਚਾਹੀਦਾ। ਅਸੀਂ ਤਾਂ ਕੈਸੇ ਸ਼ਹਿਰ ਦੇ ਵਿੱਚ ਹਾਂ ਬਿਲੋਂਗ ਕਰਦੇ ਹਾਂ, ਸਾਹਿਲ ਲੁਧਿਆਣਵੀ ਜੀ ਦੇ, ਕਿ ਜਿਨ੍ਹਾਂ ਨੇ ਬਹੁਤ ਹੀ ਖੂਬਸੂਰਤ ਲਫ਼ਜ਼ਾਂ ਦੇ ਵਿੱਚ ਜੰਗ ਦੀ, ਮੈਂ ਰੋਜ਼ ਹੀ ਹੁਣ ਟੀਵੀ ਦੇ ਉੱਤੇ ਸ਼ੋਰ ਹੋ ਰਿਹਾ ਕਿ ਜੰਗ ਇਹ ਲਫ਼ਜ਼ ਸੁਣ ਕੇ ਮਤਲਬ ਬੜਾ ਡਰ ਵੀ ਲੱਗਦਾ ਕਿ, ਪਰ ਜਿਹੜੇ ਲੋਕ ਜੰਗ ਲਗਾਉਣ ਦੀ ਗੱਲ ਕਰ ਰਹੇ ਨੇ, ਮੈਂ ਇਹ ਨਾ ਸੋਚਿਆ ਜਾਏ ਕਿ ਮੈਂ ਦੇਸ਼ ਭਗਤ ਨਹੀਂ, ਦੇਸ਼ ਭਗਤ ਮੈਂ ਵੀ ਹਾਂ, ਮੈਂ ਖੁਦ ਵੀ ਚਾਹੁੰਦਾ ਕਿ ਸਾਡੇ ਜਿਹੜੇ ਫੌਜੀ ਸ਼ਹੀਦ ਹੋਏ ਨੇ ਉਹਨਾਂ ਦੇ ਸ਼ਹਾਦਤ ਦਾ ਬਦਲਾ ਲਿਆ ਜਾਣਾ ਚਾਹੀਦਾ ਹੈ। ਪਰ ਮੈਂ ਇੱਕ ਗੱਲ ਫੇਰ, ਮੈਂ ਜੰਗ ਦੀ ਗੱਲ ਅਗਰ ਹੋ ਰਹੀ ਹੈ ਤੇ ਮੈਨੂੰ ਸਾਹਿਲ ਲੁਧਿਆਣਵੀ ਜੀ ਦੀਆਂ ਉਹ 17 ਬਹੁਤ ਯਾਦ ਆ ਰਹੀਆਂ ਨੇ। ਜੰਗ ਤੋਂ ਖੁਦ ਹੀ ਇੱਕ ਮਸਲਾ ਹੈ, ਜੰਗ ਮਸਲੋ ਕਾ ਹੱਲ ਕਿਆ ਦੇਗੀ, ਖੂਨ ਔਰ ਆਗ ਆਜ ਬਰਸੇਗੀ, ਭੂਖ ਔਰ ਇਤਿਹਾਸ ਕੱਲ ਦੇਗੀ,
ਇਸ ਲਈ ਸ਼ਰੀਫ ਇਨਸਾਨੋ ਜੰਗ ਟਲਤੀ ਰਹੇ ਤੋ ਬਿਹਤਰ ਹੈ ਆਪ ਔਰ ਹਮ ਸਭੀ ਕੇ ਘਰ ਆਂਗਨ ਮੇ ਸ਼ਮਾ ਚਲਤੀ ਰਹੇ ਤੋ ਬਿਹਤਰ ਹੈ। ਬਹੁਤ ਬਹੁਤ ਸਾਹਿਰ ਲੁਧਿਆਣਵੀ ਜੀ ਦਾ ਇਹ ਬਹੁਤ ਅੱਛੀ ਨਜ਼ਮ ਹੈ ਜਿਹੜੀ ਉਹਨਾਂ ਨੇ ਲਿਖੀ ਹੈ ਜਿਹੜੀ ਕਿ ਬਹੁਤ ਮਕਬੂਲ ਵੀ ਹੋਈ। ਪਰ ਜ਼ਰੂਰਤ ਇਸ ਗੱਲ ਦੀ ਹੈ ਕਿ ਅੱਜ ਜਿਵੇਂ ਕਿ ਹਰ ਚੌਂਕ ਦੇ ਉੱਤੇ ਕੈਂਡਲ ਮਾਰਚ, ਠੀਕ ਹੈ ਜੀ, ਉਹਦਾ ਪੁਤਲਾ ਫੂਕ ਦਿਓ, ਠੀਕ ਹੈ, ਤੁਹਾਡੇ ਵਿਰੋਧ ਕਰਨ ਦੇ ਅਲੱਗ ਅਲੱਗ ਢੰਗ ਨੇ, ਪਰ ਇਹ ਵਿਰੋਧ ਸਿਰਫ ਇੱਥੋਂ ਤੱਕ ਹੀ ਖਤਮ ਨਹੀਂ ਹੋ ਜਾਣਾ ਚਾਹੀਦਾ। ਜ਼ਰੂਰਤ ਹੈ ਕਿ ਅਗਰ ਜਿਹੜੇ ਸਾਡੇ ਸ਼ਹੀਦ ਉਹਨਾਂ ਦੇ ਪਰਿਵਾਰਾਂ ਦੇ ਨੂੰ ਚਾਹੇ ਲੋਕ ਕਿੰਨਾ ਵੀ ਕਹਿ ਦੇਣ ਅਸੀਂ ਆਹ ਫੈਸਿਲਿਟੀ ਦੇ ਤੀ, ਆਹ ਫੈਸਿਲਿਟੀ ਦੇ ਤੀ, ਤੁਹਾਡਾ ਫਰਜ਼ ਹੈ ਕਿ ਤੁਸੀਂ ਉਹਨਾਂ ਦੇ ਨਾਲ ਜਾ ਕੇ ਖੜੋ, ਉਹਨਾਂ ਦੇ ਪਰਿਵਾਰ ਦੇ ਵਿੱਚ ਜਾ ਕੇ ਖੜੋ ਔਰ ਤੁਸੀਂ ਉਹਨਾਂ ਨੂੰ ਪੁੱਛੋ ਕਿ ਤੁਹਾਡੀ ਕੋਈ ਅਸੀਂ ਕੀ ਮਦਦ ਕਰ ਸਕਦੇ ਹਾਂ, ਉਹਨਾਂ ਦੇ ਮਸਲਿਆਂ ਦੇ ਉੱਤੇ ਗੌਰ ਕਰੋ। ਮੈਂ ਸਮਝਦਾ ਕਿ ਅਗਰ ਇਹ ਗੱਲ ਸਾਡੇ ਯੂਥ ਵਿੱਚ ਆ ਜਾਏ ਤੇ ਇਹ ਵਾਕਈ ਇੱਕ ਬਹੁਤ ਵੱਡੀ ਕ੍ਰਾਂਤੀ ਵਾਲੀ ਗੱਲ ਹੋਏਗੀ। ਇਹ ਨਹੀਂ ਹੈ ਕਿ ਚਾਰ ਨਾਰੇ ਲਾ ਕੇ ਚਾਰ ਦਿਨ ਗੱਲਾਂ ਕਰਕੇ ਉਸ ਤੋਂ ਬਾਅਦ ਭੁੱਲ ਜਾਓ ਤੇ ਉਸ ਪਰਿਵਾਰ ਨੂੰ ਜਿਹੜੀ ਤ੍ਰਾਸਦੀ ਜਿਹੜੀ ਪਿੱਛੇ ਭੁਗਤਣੀ ਪੈਂਦੀ ਹੈ, ਕਮ ਸੇ ਕਮ ਉਸ ਤ੍ਰਾਸਦੀ ਦੇ ਵਿੱਚ ਉਸਦਾ ਸਾਥ ਦਿਓ। ਮੇਰੀ ਤੇ ਤੁਹਾਡੇ ਲੁਧਿਆਣਾ ਵਿਊ ਰਾਹੀਂ ਇਹੀ ਬੇਨਤੀ ਹੈ ਜੀ। ਬਹੁਤ ਵਧੀਆ ਗੱਲ ਕੀ ਸਾਹਿਬ ਲੁਧਿਆਣਵੀ ਜੀ ਦੇ ਇਸ ਸ਼ੇਅਰ ਨਾਲ ਅਸੀਂ ਸਭ ਇਤਫਾਕ ਰੱਖਦੇ ਹਾਂ। ਪ੍ਰਦੀਪ ਜੀ, ਅੱਜ ਤੁਸੀਂ ਆਪਣੇ ਵਡਮੁੱਲੇ ਵਿਚਾਰ ਲੁਧਿਆਣਾ ਵਿਊ ਨਾਲ ਸਾਂਝੇ ਕੀਤੇ। ਯੁਵਾ ਸ਼ਕਤੀ ਨੂੰ ਇਹਦੇ ਨਾਲ ਬਹੁਤ ਸਹਾਰਾ ਮਿਲੇਗਾ, ਬਹੁਤ ਅੱਛੀਆਂ ਗੱਲਾਂ ਸਮਝਣ ਨੂੰ ਮਿਲਣਗੀਆਂ ਕਿ ਕਲਾ ਰਾਹੀਂ ਅਸੀਂ ਕਿਸ ਤਰ੍ਹਾਂ ਨਾਲ ਪ੍ਰੇਮ ਪਿਆਰ ਫੈਲਾ ਸਕਦੇ ਹਾਂ। ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਨੂੰ ਸਾਡਾ ਪ੍ਰੋਗਰਾਮ ਕਿਸ ਤਰ੍ਹਾਂ ਲੱਗਿਆ, ਆਪਣੇ ਵਡਮੁੱਲੇ ਵਿਚਾਰ ਕਮੈਂਟਸ ਵਿੱਚ ਜ਼ਰੂਰ ਸ਼ੇਅਰ ਕਰੋ। ਧੰਨਵਾਦ।